ਹੁਣ ਆਪਾਂ ਦੇਖਾਂਗੇ ਆਸਟ੍ਰੇਲੀਆ ਦੇ ਸਰਕੂਲੇਟਡ 1 ਡਾਲਰ ਦੇ ਉਹ ਕੋਇਨ ਜਿਹੜੇ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਨੇ ਤੇ ਉਹ ਜਿਵੇਂ ਤੁਸੀਂ ਇਸ ਟਾਈਮ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਇਹਨਾਂ ਨੂੰ ਆਪਾਂ ਅੱਜ ਦੇਖਾਂਗੇ ਤੇ ਇਹ ਇਹ ਅੱਡ-ਅੱਡ ਸਾਲਾਂ ਦੇ ਜਾਂ ਇਹਨਾਂ ਦੇ ਉੱਤੇ ਡਿਫਰੈਂਟ ਪਿਕਚਰਾਂ ਵਾਲੇ ਕੋਇਨ ਨੇ ਜਿਹੜੇ ਕਿ ਆਪਾਂ ਹੁਣ ਦੇਖ ਰਿਹਾ ਇਨਨੋਤ ਨੂੰ ਪੂਰੀ ਤਰ੍ਹਾਂ ਦੇਖਾਂਗੇ ਉਸੇ ਤਰ੍ਹਾਂ ਇੰਨਾ ਕੋ ਇੰਨਾ ਉੱਤੇ ਵੀ ਰਾਣੀ ਦੀਆਂ ਪਿਕਚਰਾਂ ਨੇ ਵੱਖ-ਵੱਖ ਜਿਵੇਂ ਆਹ ਆਹ ਇੱਥੇ ਡਿਫਰੈਂਟ ਹੋ ਗਈ ਇਹ ਤੇ ਇੱਥੇ ਹੋਰ ਡਿਫਰੈਂਟ ਹੋ ਗਈ ਇਸ ਤਰ੍ਹਾਂ ਇਹ ਤਿੰਨ ਤਰ੍ਹਾਂ ਦੀਆਂ ਲਗਭਗ ਵੱਖ-ਵੱਖ ਪਿਕਚਰਾਂ ਨੇ ਇਧਰਲੀ ਸਾਈਡ ਦੇ ਉੱਤੇ ਇਧਰਲੀ ਸਾਈਡ ਦੇ ਉੱਤੇ ਕੋਈ ਬਹੁਤਾ ਫਰਕ ਨਹੀਂ ਸਿਰਫ ਸਨ ਲਿਖੇ ਹੋਏ ਨੇ ਜਿਵੇਂ ਆਹ ਪਹਿਲਾ ਜਿਹੜਾ ਇਹ 2003 1995 1999 2011 ਤੇ 1998 ਤੇ ਇੱਕ ਕੋਣ a ਆ ਇਹਦਾ ਸਨ ਆਪਾਂ ਦੂਸਰੀ ਸਾਈਡ ਲਿਖਿਆ ਹੋਊ ਉਹ ਵੀ ਦੇਖ ਲੈਣੇ ਤੇ ਇਹ ਹੈਗਾ 1900 ਇਹਦੇ ਸਨ ਆ ਸੀ 2009 ਤੇ ਇਹ ਤੋਂ ਬਾਅਦ ਹੋਏਗਾ उन्नीस सौ चौरासी उन्नीस सौ चौानवे उन्नीस 2008, 2001, पचासी दो हजार अठ दो हजार दस दो हजार एक दो हजार अठ दो हजार एक दो हजार दो उन्नीस सौ सतानवे उन्नीस सौ अठानवे उन्नीस सौ छियानवे 2003 201986 ਤੇ ਆਹਾਂ ਇਹ ਹੈਗਾ 2009 ਤੇ ਇਹ ਹੈਗਾ 2007 ਹੁਣ ਇਹ ਵੱਖ-ਵੱਖ ਸਾਨਾ ਲਿਖੇ ਹੋਏ ਨੇ ਤੇ ਕਈ ਹੈਗੇ ਆ ਸੇਮ ਸਾਨਾ ਤੇ ਇਹਨਾਂ ਦੀ ਬੈਕ ਸਾਈਡ ਜਦੋਂ ਆਪਾਂ ਚੈੱਕ ਕਰਦੇ ਆ ਤਾਂ ਉਹਨਾਂ ਦੇ ਉੱਤੇ ਡਿਫਰੈਂਟ ਪਿਕਚਰਾਂ ਨੇ ਤੇ ਚਲੋ ਆਜੋ ਆਪਾਂ ਪਹਿਲਾਂ ਇਹਨਾਂ ਨੂੰ ਦੇਖਦੇ ਆਂ ਸਾਅ ਤੋਂ ਪਹਿਲਾਂ ਇਹ ਕੋਇਨ ਇਹਦੇ ਉੱਤੇ ਇਹ ਇੱਕ ਜਹਾਜ਼ ਦੀ ਪਿਕਚਰ ਬਣਾਈ ਹੋਈ ਆ ਤੇ ਨਾਲ ਆ ਲਿਖਿਆ ਹੋਇਆ ਇਹਦੀ ਹਾਂ ਆ ਇੱਕ ਵਿਅਕਤੀ ਦੀ ਪਿਕਚਰ ਤੇ ਇਹ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਇਹਦਾ ਨਾਮ ਵੀ ਲਿਖਿਆ ਹੋਇਆ 34 ਸਾਲ ਦੇ ਉੱਤੇ ਲੇਕਿਨ ਇਹ ਕਿ ਕਰਾਚ ਤੇ ਇਸ ਤਰ੍ਹਾਂ ਦਾ ਇਹ ਪਹਿਲਾ ਕੋਇਨ ਤੇ ਇਹ ਤੋਂ ਅਗਲਾ ਕੋਇਨ ਆ ਜਿਹੜਾ ਉਹ ਹੈਗਾ ਇਹ ਜਿਹੜੀ ਇਧਰਲੀ ਸਾਈਡ ਦੇ ਉੱਤੇ ਆਹ ਪਿਕਚਰ ਬਣੀ ਹੋਈ ਹੈ ਇਸ ਤਰ੍ਹਾਂ ਦੀ ਇਹ ਇਹਦੇ ਉੱਤੇ ਵੀ ਆ ਲੈ ਕੇ ਆ ਇਹ ਵੀ ਤੁਸੀਂ ਆਪਣੇ ਆਪ ਵੜ ਸਕਦੇ ਹੋ ਤੇ ਉਹ ਤੋਂ ਅਗਲਾ ਖਾਨਾ ਜਿਹੜਾ ਉਹ ਹੈਗਾ ਇਹ ਇਹਦੇ ਉੱਤੇ ਵੀ ਇੱਕ ਆਹ ਡਿਫਰੈਂਟ ਪਿਕਚਰ ਬਣੀ ਹੋਈ ਹੈ ਤੇ ਉੱਤੇ ਲਿਖਿਆ ਹੋਇਆ ਬਲਡਵਾਰ ਸੈਕੰਡ ਦਾ ਹੀ ਹੈ ਇਹ ਵੀ ਦੂਜੇ ਵਿਸ਼ਵ ਯੁੱਧ ਦਾ ਉੱਤੇ ਲਿਖਿਆ ਬਲਡਵਾਰ ਇਹ ਤੁਸੀਂ ਪੜ ਸਕਦੇ ਹੋ ਵੈਸੇ ਆਪਣੇ ਆਪ ਵੀ 1939 ਤੋਂ 1945 ਤੱਕ ਤੇ ਸ਼ਾਂਤੀ ਬਣਾਉਣ ਦੀ ਕਹਿੰਦੇ ਅਪੀਲ ਕੀਤੀ ਜਾਂਦੀ ਹੈ ਚਲੋ ਅਗਲਾ ਕਹਾਣਾ ਜਿਹੜਾ ਇਹਨਾਂ ਉਹ ਹੈਗਾ ਇਹ ਵਾਲਾ ਇਹਦੇ ਉੱਤੇ ਇਹ ਪਿਕਚਰਾਂ ਇਸ ਤਰ੍ਹਾਂ ਦੀ ਜਿਵੇਂ ਤੁਸੀਂ ਇਸ ਟਾਈਮ ਵੀਡੀਓ ਉੱਤੇ ਦੇਖ ਸਕਦੇ ਹੋ ਬਹੁਤ ਨਿੱਕੇ ਨਿੱਕੇ ਅੱਖਰਾਂ ਚ ਲਿਖਿਆ ਹੋਇਆ ਹੈ ਤੇ ਆ 10 ਕਿ ਜਣੇ ਦੀਆਂ ਪਿਕਚਰਾਂ ਲੱਗੀਆਂ ਹੋਈਆਂ ਨੇ 10-11 ਜਣੇ ਦੀਆਂ ਆਹਾਂ ਇਹ ਇਸ ਤਰ੍ਹਾਂ ਦਾ ਇਹ ਕੋਆਣਾ ਇਹ ਵੀ ਆਪਣੀ ਕਲੈਕਸ਼ਨ ਵਿੱਚ ਆ ਗਿਆ ਬਾਕੀ ਬਚੇ ਹੋਏ ਕੋਇਨਾਂ ਵਿੱਚੋਂ ਚਾਰ ਕੋਇਨਾਂ ਉੱਤੇ ਆ ਸੇਮ ਪਿਕਚਰ ਲੱਗੀ ਹੋਈ ਹੈ ਜਿਹੜੀ ਆਪਾਂ ਇਸ ਟਾਈਮ ਦੇਖ ਸਕਦੇ ਹਾਂ ਤੇ ਜਿਹੜੇ ਇਹਨਾਂ ਤੋਂ ਬਿਨਾ ਨੇ ਉਹ ਸਾਰੇ ਵੱਖ-ਵੱਖ ਅ ਕੋਇਨ ਚਾਰ ਨਹੀਂ ਇਹ ਸੌਰੀ ਪੰਜ ਨੇ ਟੋਟਲ ਇਹ ਪੰਜਾਂ ਕੋਇਨਾਂ ਦੇ ਉੱਤੇ ਸੇਮ ਪਿਕਚਰ ਲੱਗੀ ਹੋਈ ਹੈ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਇਹ ਪੰਜ ਕੰਗਾਰੂ ਨੇ ਕੈਂਗਰੂ ਕਹਿੰਦੇ ਨੇ ਤੇ ਪਕੰਗਾਰੂ ਵੀ ਕਹੇ ਨੇ ਕੈਂਗਰੂ ਕਹ ਲੋ ਕੰਗਾਰੂ ਕਹ ਲੋ ਇੱਕ ਹੀ ਗੱਲ ਹੈ ਤੇ ਇਹਨਾਂ ਉੱਤੇ ਪੰਜਾਂ ਉੱਤੇ ਸੇਮ ਪਿਕਚਰ ਆ ਇਹ ਸਾਰੇ ਕੁਆਨ ਤੇ ਜਿਹੜੇ ਹੁਣ ਵੱਖ-ਵੱਖ ਪਿਕਚਰ ਵਾਲੇ ਕੁਆਨ ਨੇ ਉਹ ਹੋਏਗੇ ਨੇ ਇਹ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਆਹ ਕੁਆਨ ਆਕਦਾ ਜਿਹਦੇ ਉੱਤੇ ਇਹ ਪਿਕਚਰ ਲੱਗੀ ਹੋਈ ਹੈ ਬਹੁਤ ਹੀ ਖੂਬਸੂਰਤ ਪਿਕਚਰ ਆ ਇਹ ਜਿਵੇਂ ਕਿ ਤੁਸੀਂ ਇਹ ਦੇਖ ਸਕਦੇ ਹੋ ਇਹ ਚੰਚੂ ਆਬੂਮ ਨੂੰ ਜ਼ਰੂਰ ਸਿਪਾਰਟ ਸਕਦੇ ਹੋ ਇਹਨੂੰ ਤੇ ਦੇਖ ਸਕਦੇ ਹੋ ਬਹੁਤ ਖੂਬਸੂਰਤ ਕੁਆਣਾ ਹੈ ਇਹ 2000 ਤਿੰਨ ਦੇ ਵਿੱਚ ਜਾਰੀ ਹੋਇਆ ਹੋਇਆ ਕੁਆਣਾ ਹੈ ਤੇ ਇਹ ਇਸ ਕੁਆਣ ਤੋਂ ਬਾਅਦ ਹੈਗਾ ਜਿਹੜਾ ਅਗਲਾ ਕੁਆਣ ਉਹ ਹੈਗਾ ਇਹ ਇਹਦੇ ਉੱਤੇ ਬਸ ਇਕੱਲਾ 1 ਡਾਲਰ ਲਿਖਿਆ ਹੋਇਆ ਤੇ ਇੱਕ ਆਹ ਪਿਕਚਰ ਜੀ ਬਣਾਈ ਹੋਈ ਹੈ ਕੀ ਹੈ ਇਹ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਿਓ ਮੈਨੂੰ ਤਾਂ ਆਪਣੀ ਪਤਾ ਸੁਣਾ ਕੋਣਾ ਹੁ ਤਾਂ 1998 ਦਾ ਹੈ ਇਹ ਤੋਂ ਅਗਲਾ ਕੋਣਾ ਹੋਏਗਾ ਇਹ ਵਾਲਾ ਜਿਹਦੇ ਉੱਤੇ ਇਹ ਪਿਕਚਰ ਲੱਗੀ ਹੋਈ ਆ ਤੇ ਆ ਪਤਾ ਨਹੀਂ ਫਾਦਰ ਆਫ ਲਿਖਿਆ ਹੋਇਆ ਉਹਨਾਂ ਨੇ ਤੇ ਇਹਦੇ ਜੇ ਕੋਈ ਵਿਅਕਤੀ ਹੋਣਾ ਆਸਟ੍ਰੇਲੀਆ ਦਾ ਮਸ਼ਹੂਰ ਜਿਹਨੂੰ ਆਪਾਂ ਤਾਂ ਜਾਣਦੇ ਨਹੀਂ ਆਸਟ੍ਰੇਲੀਆ ਵਾਲੇ ਜਾਣਦੇ ਹੋਣੇ ਆ ਤੇ ਇਹ ਇਸ ਦੀ ਪਿਕਚਰ ਲਾ ਕੇ ਇਹ ਕੁਆਇਨ ਜਾਰੀ ਕੀਤਾ ਗਿਆ ਇਸ ਤਰ੍ਹਾਂ ਦਾ ਇਹ ਤੋਂ ਅਗਲਾ ਕੁਆਇਨ ਜਿਹੜਾ ਉਹ ਹੈਗਾ ਇਹ ਵਾਲਾ ਜਿਹੜਾ ਇਸ ਟਾਈਮ ਤੁਸੀਂ ਦੇਖੀ ਜਾਂਦੇ ਹੋ ਇਹ 2002 ਦਾ ਕੁਆਇਨ ਹੈ ਤੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਇਹਦੇ ਉੱਤੇ ਪਿਕਚਰ ਲਾਈ ਗਈ ਹੈ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਤੇ ਇਹ ਦੋ ਅਗਲਾ ਕੋਨਾ ਜਿਹੜਾ ਉਹ ਆਹ ਆ ਇਹ ਵੀ ਕੋਈ ਬੜਾ ਨਹੀਂ ਸਿੰਪਲ ਜਿਹਾ ਕੋਆਣੀ ਹੈ ਇਹ ਕੋਈ ਖਾਸ ਨਹੀਂ ਇਹਦੇ ਵਿੱਚ ਪਰ ਹੈਗਾ ਡਿਫਰੈਂਟ ਤੇ ਇਹਦੇ ਡਿਫਰੈਂਟ ਪਿਕਚਰ ਆ ਇਧਰਲੀ ਸਾਈਡ ਦੇ ਉੱਤੇ ਹੱਥ ਬਣੇ ਹੋਏ ਨੇ ਦੋ ਇੱਥੇ ਲਿਖਿਆ ਵੀ ਹੋਇਆ ਕੁਝ ਤੇ ਇਹ ਤੋਂ ਤੇ ਇਹ ਤੋਂ ਜਿਹੜਾ ਅਗਲਾ ਕੋਨਾ ਉਹ ਹੈਗਾ ਇਹ ਵਾਲਾ ਇਹ ਹੈਗਾ ਇਹ ਇੱਕ ਇੱਕ ਵਿਅਕਤੀ ਜਾਂਦਾ ਮੈਨੂੰ ਲੱਗਾ ਸਾਇਦ ਆ ਥੱਲੇ ਤੇ ਨਾਂ ਨੂੰ ਲਿਖਿਆ ਹੋਇਆ ਸਾਰਾ ਕੁਝ ਤੇ ਇਹਨੇ ਮੋਢੇ ਉੱਤੇ ਉਹਦਾ ਸਾਰਾ ਸਮਾਨ ਚੱਕਿਆ ਹੋਇਆ ਟੋਪੀਆਂ ਲਈ ਹੋਈ ਇਸਰਤੇ ਤੇ ਹੱਥ 'ਚ ਗੁੰਡੀ ਫੜੀ ਹੋਈ ਆ ਤੇ ਥੱਲੇ ਇਹਦੇ ਬਾਰੇ ਸਾਰੀ ਕਾਫੀ ਕੁਝ ਲਿਖਿਆ ਹੋਇਆ ਉਹ ਤੁਸੀਂ ਆਪਣੇ ਆਪ ਪੜ ਲਿਓ ਉਹ ਤੋਂ ਅਗਲਾ ਜਿਹੜਾ ਖਾਣਾ ਉਹ ਹੈਗਾ ਇਹ ਵਾਲਾ ਇਹਦੇ ਤੇ ਕੋਈ ਬਹੁਤਾ ਉਹ ਹੋ ਨਹੀਂ ਬਸ ਆਲੇ ਇੱਕ ਬਣਾਇਆ ਹੋਇਆ ਚਿੱਤਰ ਯਾ ਤੇ ਆ ਨਾਮ ਲਿਖਿਆ ਹੋਇਆ ਇਹਨੂੰ ਤੁਸੀਂ ਆਪਣੇ ਆਪ ਹੀ ਦੇਖ ਲਿਓ ਹਸਾਕਤਾ ਕਰ ਲਿਆ ਦਾ ਇਹ ਤੋਂ ਬਾਅਦ ਵਾਲਾ ਕੋਆਨ ਹੈਗਾ ਇੱਕ ਇਹ ਜਿਹਦੇ ਉੱਤੇ ਆ ਫਿਤਰ ਲੱਗੀ ਹੋਈ ਆ ਤੇ ਉੱਪਰੋ ਲਿਖਿਆ ਹੋਇਆ ਆਰਟਾ ਕੋ ਇਹ ਤੇ ਬਾਕੀ ਤੁਸੀਂ ਪੜ ਲਿਓ 1 ਡਾਲਰ ਦਾ ਕੋਆਨ ਆ ਇਹ ਵੀ ਤੇ ਇਹ ਵੀ ਇਸ ਤਰ੍ਹਾਂ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੇ ਇਹ ਤੋਂ ਬਾਅਦ ਇੱਕ ਕੋਇਨ ਹੋਰ ਆ ਜਿਹੜਾ ਉਹ ਹੈਗਾ ਇਹ ਵਾਲਾ 2001 ਚ ਕੱਢਿਆ ਸੀ ਇਹ ਤੇ ਇਹ ਵੀ ਸੋਨਾ ਇੰਟਰਨੈਸ਼ਨਲ ਯਰ ਨੰਟ ਯਰ ਜੀ ਠੀਕਾ ਇਹ ਵੀ ਤੁਸੀਂ ਪੜ੍ਹ ਸਕਦੇ ਹੋ 2001 ਚ ਇਹ ਤੋਂ ਬਾਅਦ ਵਾਲਾ ਕੋਇਨ ਹੈਗਾ ਇਹ ਵਾਲਾ ਆਹ ਹਾਂ 1 ਡਾਲਰ ਦਾ ਕਾਣਾ ਵੀ ਇਸ ਤਰ੍ਹਾਂ ਇਹਨੂੰ ਵੀ ਤੁਸੀਂ ਆਪਣੇ ਆਪ ਪੜ ਲਿਓ ਤੇ 1999 ਦਾ ਕਾਣਾ ਹੈ ਤੇ ਕਾਫੀ ਖੂਬਸੂਰਤ ਕਾਣਾ ਇਹ ਤੋਂ ਬਾਅਦ ਵਾਲਾ ਕਾਣਾ ਜਿਹੜਾ ਉਹ ਹੈਗਾ ਇਹ ਵਾਲਾ ਇਹ ਜਿਹੜਾ ਹੁਣ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਵੀ ਸੋਹਣਾ ਕਾਣਾ 2011 ਦਾ ਹੈ ਇਹ ਤੋਂ ਬਾਅਦ ਇੱਕ ਕੋਇਨ ਆ ਸੀਗਾ ਇੱਕ ਡਾਲਰ ਦਾ ਕੋਇਨ ਆ ਤੇ ਪਰ ਕੂਤਰ ਉੱtre ਆ ਥੱਲੇ ਦੋ ਹੱਥ ਬਨੇ ਹੋਏ ਨੇ ਤੇ ਆ ਲਿਖਿਆ ਹੋਇਆ ਸ਼ਾਂਤੀ ਬਣਾ ਕੇ ਰੱਖੋ ਤੇ ਆਸਟ੍ਰੇਲੀਆ ਦਾ ਉਹ ਅਗਲਾ ਕੋਇਨ ਹੈਗਾ ਜਿਹੜਾ ਮੇਰੇ ਕੋਲੇ ਉਹ ਹੈਗਾ ਇਹ ਵਾਲਾ 1921 ਤੋਂ 2021 100 ਸਾਲ ਕੋਈ ਇਹ ਵੀ ਤੁਸੀਂ ਦੇਖ ਲਓ ਇਹ ਵੀ ਸੋਹਣਾ ਕੋਇਨ ਆ ऑस्ट्रेलिया ਦਾ 1 ਡਾਲਰ ਦਾ ਲਾਸਟ ਕੋਇਨ ਜਿਹੜਾ ਮੇਰੇ ਕੋਲੇ ਹੁਣ ਹੈਗਾ ਆਪਣਨ ਦੇਖਣ ਨੂੰ ਰਹਿ ਗਿਆ ਉਹ ਹੈਗਾ ਇਹ ਇਹ ਕੋਇਨ ਇਹ ਹੈਗਾ ਇਹਨਾਂ ਚੋਂ ਮੇਰੇ ਕੋਲੇ ਸਭ ਤੋਂ ਲਾਸਟ ਕੋਇਨ ਆਸਟ੍ਰੇਲੀਆ ਦਾ ਇਹਨਾਂ ਤੋਂ ਬਿਨਾ ਜੇ ਕੋਈ ਕੋਇਨ ਹੋਰ ਹੋਇਆ ਤਾਂ ਮੈਨੂੰ ਜ਼ਰੂਰ ਦੱਸਣਾ ਤੇ ਇਹ ਵੀ ਇੱਕ ਖੂਸੂਤਕ ਕੁਆਇਨ ਹੈ ਇਸ ਤਰ੍ਹਾਂ ਇਹ ਮੇਰੇ ਕੋਲੇ ਸ਼ਾਮਲ ਆਸਟ੍ਰੇਲੀਆ ਦੇ ਕੁਆਇਨ 1 ਡਾਲਰ ਦੇ ਜਿਹੜੇ ਅੱਜ ਆਪਾਂ ਇਸ ਵੀਡੀਓ 'ਚ ਦੇਖਿਆ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਦੇਖਦੇ ਰਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ